ਮਾਫ਼ੀਨਾਮਾ ਬਣਾ ਦੇਣਾ, ਇਹਦਾ ਇਲਮ ਤੁਹਾਨੂੰ ਕਿਸੇ ਨੂੰ ਨਹੀਂ ਸੀਗਾ। ਖਿਮਾ ਯਾਚਨਾ ਦਾ ਸ਼ਬਦ ਇੱਕ ਉਹਦੇ ਵਿੱਚ ਸਪਸ਼ਟੀਕਰਨ ਦਿੱਤਾ, ਬਿਲਕੁਲ ਨਾ ਕਿਸੇ ਨੇ ਚਿੱਠੀ ਦੱਸੀ। ਹੁਣ ਜਿਹੜਾ ਦੋਸ਼ੀ ਵਿੱਚ ਪਾਇਆ ਜਾ ਰਿਹਾ ਦੱਸਦੇ ਰਹੇ ਕਿ ਡਾਕਟਰ ਚੀਮਾ ਸੀਗਾ ਨਾਲ ਲਿਖਣ ਵਾਲਾ। ਚੀਮੇ ਨੇ ਲਿਖਵਾਇਆ ਵੀ ਇੱਥੇ ਵੀ ਖੇਮਾ ਦੇ ਜਾਤਕ ਤਾਂ ਲਿਖੋ, ਤਾਂ ਚੋਰ ਕੋਤਵਾਲ ਕੋ ਡਾਂਟੇ ਗਿਆ। ਉਹ ਸਿਸਟਮ ਦਾ ਬਾਬਾ ਉਹ ਹੈ ਤੇ ਇੱਥੋਂ ਦਾ ਬਾਬਾ ਮੈਂ, ਸੁਖਬੀਰ ਬਦਲ ਦਾ ਇਹ ਕਹਿਣਾ। ਜਿਵੇਂ ਉਧਰਲੇ ਸਿਸਟਮ ਦਾ ਉਹ ਬਾਬਾ ਹੈਗਾ, ਇਧਰਲੇ ਸਿਸਟਮ ਦਾ ਮੈਂ ਬਾਬਾ, ਕਿ ਇੱਥੇ ਦਾ ਬਾਬਾ ਤੁਹਾਡਾ ਜਿਹਦਾ ਉਹ ਬਾਬਾ, ਮੈਂ ਉੱਥੇ ਦਾ ਦਰਬਾਰ ਸਾਹਿਬ ਦਾ ਮੈਂ ਬਾਬਾ। ਸਾਡਾ ਤੇ ਉੱਥੇ ਸ਼ਬਦ ਗੁਰੂ ਬਾਬਾ ਬੈਠਾ ਹੋਇਆ, ਸਾਡਾ ਤੇ ਗੁਰੂ ਰਾਮਦਾਸ ਬਾਬਾ ਬੈਠਾ ਹੋਇਆ। ਡਿਕਟੇਟਰ ਹੋ ਕੇ ਗੁਜ਼ਾਰਾ ਨਹੀਂ ਸੀ, ਉਹ ਕਹਿੰਦਾ ਬੌਸ ਇਜ਼ ਆਲਵੇਜ਼ ਰਾਈਟ, ਉਹਦਾ ਤੇ ਇਹੀ ਕਹਿਣਾ ਹਮੇਸ਼ਾ। ਕੋਈ ਗਤੀਵਿਧੀਆਂ ਨੇ, ਉਹ ਗਤੀਵਿਧੀ ਦੱਸਣ ਤੇ ਸਹੀ ਗਤੀਵਿਧੀ ਕਿਹੜੀ ਜਾ ਰਿਹਾ? ਤੁਹਾਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਵੀ ਭਾਜਪਾ ਦੀ ਸ਼ਹਿਦ ਸਾਰਾ ਕੁਝ। ਭਾਜਪਾ ਨੇ ਕਿਹਾ ਸੀਗਾ ਕਿ ਤੂੰ ਰਾਮ ਰਹੀਮ ਕੋ ਜਾ, ਭਾਜਪਾ ਕੋ ਇਹ ਜਾਂਦੇ ਅਲਾਇੰਸ ਇਹ ਕਰਦੇ ਸੀ, ਮੈਤਰੀ ਕਰਦੀ। ਕਿਸੇ ਦੇ ਵਟਸਐਪ ਦੇ ਉੱਤੇ ਦੱਸ ਦੇਣ ਕਿ ਇਹਨੂੰ ਮੈਸੇਜ ਭੇਜਿਆ, ਕਿਸੇ ਨੂੰ ਟੈਲੀਫੋਨ ਦੱਸ ਦੇਣ ਕਿਹਨੂੰ ਕੀਤਾ, ਕਿਸੇ ਨੂੰ ਲਿਖਤੀ ਨੋਟਿਸ ਦੱਸ ਦੇਣ ਕਿਹਨੂੰ ਕੀਤਾ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਵ। ਦੋਸਤੋ, ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਬਾਗੀਆਂ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਹੈ, ਲੇਕਿਨ ਉਹ ਬਾਗੀ ਇਕੱਠੇ ਹੋ ਕੇ ਇੱਕ ਵੱਡਾ ਐਲਾਨ ਕਰਦੇ ਨੇ ਕਿ ਸਰਪ੍ਰਸਤ ਦਾ ਕਹਿਣਾ ਆ, ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਆ ਕਿ ਉਹ ਕਮੇਟੀ ਭੰਗ ਕਰਦੇ ਨੇ, ਇਸ ਫੈਸਲੇ ਨੂੰ ਮੰਨਦੇ ਨਹੀਂ ਆ ਤੇ ਇੱਕ ਸੁਧਾਰ ਲੈਣ ਨੂੰ ਲੈ ਕੇ ਨਵੇਂ ਐਲਾਨ ਕੀਤੇ ਜਾਣਗੇ। ਬੀਬੀ ਜਗੀਰ ਕੌਰ ਮੇਰੇ ਨਾਲ ਨੇ। ਬੀਬੀ ਜੀ, ਅਨੁਸ਼ਾਸਨ ਕਮੇਟੀ ਦਾ ਜਿਸ ਤਰੀਕੇ ਨਾਲ ਫੈਸਲਾ ਸਾਹਮਣੇ ਆਇਆ ਉਸ ਨੂੰ ਤੁਸੀਂ ਰੱਦ ਕਰ ਰਹੇ ਹੋ, ਕਿਸ ਤਰੀਕੇ ਦਾ ਆਧਾਰ ਬਣਾ ਰਹੇ ਹੋ ਫੈਸਲਾ ਰੱਦ ਕਰਨ ਦਾ? ਦੇਖੋ, ਪਹਿਲਾਂ ਤੇ ਹੈ ਕਿ ਅਨੁਸ਼ਾਸਨੀ ਕਮੇਟੀ ਜਿਹੜੀ ਹੈ ਕਿਸੇ ਵੀ ਮਤੇ ਵਿੱਚ ਕਦੀ ਪੈ ਕੇ ਨਹੀਂ ਸੀ ਬਣੀ, ਉਹ ਗੱਲ ਵੱਖਰੀ ਹੈ ਵੀ ਹੁਣ ਪਾਲਣ। ਸੈਕੰਡਲੀ, 3 ਮੈਂਬਰ ਹੀ ਬਣਾਈ ਹੈ ਤੇ 3ਾਂ ਦੇ ਵਿੱਚੋਂ 1 ਮੈਂਬਰ ਤੇ ਹਾਜ਼ਰ ਹੀ ਨਹੀਂ ਸੀਗਾ, 2 ਤੇ ਇਕੱਠੇ ਰਹਿੰਦੇ ਆ ਨਾ, ਉੱਥੇ ਹੀ ਬੈਠੇ ਰਹਿੰਦੇ। ਤੀਜੀ ਗੱਲ ਹੈਗੀ ਹੈ ਕਿ ਅਨੁਸ਼ਾਸਨੀ ਕਮੇਟੀ ਕਿਸੇ ਨੂੰ ਪਹਿਲਾਂ ਸੁਣੇਗੀ, ਕੋਈ ਨੋਟਿਸ ਦੇਗੀ, ਕੋਈ ਟੈਲੀਫੋਨ ਕਰੇਗੀ ਬੁਲਾਏਗੀ, ਕੋਈ ਈਮੇਲ ਕਰੇਗੀ, ਕਿਸੇ ਨਾ ਕਿਸੇ ਤੇ ਬੁਲਾਏਗਾ ਨਾ। ਜਦੋਂ ਤੁਸੀਂ ਕੋਈ ਨੋਟਿਸ ਨਹੀਂ ਦਿੱਤਾ, ਤੁਸੀਂ ਟੈਲੀਫੋਨ ਨਹੀਂ ਕੀਤਾ, ਕੋਈ ਚਿੱਠੀ ਨਹੀਂ ਪੱਤਰ ਨਹੀਂ ਕੀਤਾ, ਤੁਸੀਂ ਸਿੱਧਾ ਹੀ ਬਿਨਾਂ ਸੁਣੇ ਤੋਂ ਉੱਥੇ ਕਹਿੰਦੇ ਅਸੀਂ ਇਹਨਾਂ ਨੂੰ ਕੱਢ ਦਿੱਤਾ। ਬਲਵਿੰਦਰ ਸਿੰਘ ਭੁੰਦੜ ਕੋਲ ਕਿਹੜੀ ਪਾਵਰ ਹੈ ਕਿ ਉਹ ਸਾਨੂੰ ਬਿਨਾਂ ਨੋਟਿਸ ਤੋਂ ਬਿਨਾਂ ਸੁਣ ਤੋਂ ਬਾਹਰ ਕੱਢ ਦੇਵੇ? 26 ਜੂਨ ਦੇ ਕੋਈ ਨੋਟਿਸ ਗਏ ਸੀ, 26 ਜੂਨ ਨੂੰ ਕਿਹਨੇ ਨੋਟਿਸ ਦਿੱਤਾ ਸਾਨੂੰ ਦੱਸ ਦੇਣ, ਕਿਸੇ ਦੇ ਵਟਸਐਪ ਦੇ ਉੱਤੇ ਦੱਸ ਦੇਣ, ਕਿਹਨੂੰ ਮੈਸੇਜ ਭੇਜਿਆ, ਕਿਸੇ ਨੂੰ ਟੈਲੀਫੋਨ ਦੱਸ ਦੇਣ ਕਿਹਨੂੰ ਕੀਤਾ, ਕਿਸੇ ਨੂੰ ਲਿਖਤੀ ਨੋਟਿਸ ਦੱਸ ਦੇਣ ਕਿਹਨੂੰ ਕੀਤਾ, ਕਿਸੇ ਨਾਲ ਕੋਈ ਗੱਲ ਕੀਤੀ ਹੋਵੇ। ਦੂਜੀ ਗੱਲ ਕਿ ਅਨੁਸ਼ਾਸਨੀ ਕਮੇਟੀ ਜਿਹੜੀ ਹੈ ਉਹ ਸਿਫਾਰਿਸ਼ ਕਰ ਸਕਦੀ ਹੈ ਵਰਕਿੰਗ ਕਮੇਟੀ ਨੂੰ, ਐਗਜ਼ੈਕਟਿਵ ਨੂੰ, ਉਹ ਵਰਕਿੰਗ ਕਮੇਟੀ ਚੋਂ ਫਿਰ ਕੱਢਣਗੇ। ਪਰ ਇਹ ਥੋੜਾ ਮਤਲਬ ਕਿ ਭੁੰਦੜ ਸਾਹਿਬ ਰੱਬ ਬਣ ਗਏ ਸਾਡੇ ਲਈ, ਉਹ ਤੇ ਆਪ ਅਨੁਸ਼ਾਸਨ ਭੰਗ ਕਰ ਰਿਹਾ। ਮੈਂ ਤੁਹਾਨੂੰ ਉਹਦੀ ਐਗਜ਼ਾਮਪਲਾਂ ਦਿੰਦੀ, ਸਾਡੀ ਐਗਜ਼ਾਮਪਲ ਦੱਸਣ ਕੋਈ ਜਿਹੜੀ ਅਸੀਂ ਅਨੁਸ਼ਾਸਨ ਭੰਗ ਕੀਤਾ, ਕੋਈ ਦੱਸਣ, ਕੋਈ ਗਤੀਵਿਧੀਆਂ ਨੇ, ਉਹ ਗਤੀਵਿਧੀ ਦੱਸਣ ਤੇ ਸਹੀ ਗਤੀਵਿਧੀ ਕਿਹੜੀ? ਮੈਂ ਦੱਸਦੀ ਉਹਨਾਂ ਦੀ ਗਤੀਵਿਧੀ। ਪਹਿਲਾਂ ਉਹਨਾਂ ਨੇ ਪਾਰਟੀ ਕਮਜ਼ੋਰ ਕਰਨ ਲਈ ਰਾਮ ਰਹੀਮ ਦਾ ਕੇਸ ਵਾਪਸ ਲਿਆ, ਠੀਕ ਹੈ, ਸਪਸ਼ਟ ਕਰ ਦੇਣ, ਅੱਜ ਸਪਸ਼ਟ ਕਰਨ ਕਿ 2007 ਵਿੱਚ ਕੇਸ ਜਿਹੜਾ ਦਰਜ ਹੋਇਆ ਸੀ ਵਾਪਸ ਕਿਹਨੇ ਲਿਆ। ਚਲੋ, ਨੰਬਰ 2, ਜਦੋਂ ਬੇਅਦਬੀ ਹੋਈ ਹੈ ਉਹ ਜਿਹੜਾ ਬੰਦਾ ਬੇਅਦਬੀ ਵਿੱਚ ਇਨਵੋਲਵ ਹੈ, ਕਰਾਉਣ ਵਾਲਾ ਹੈ, ਸਾਜਿਸ਼ ਕਰਤਾ ਹੈ, ਹਨੀਪ੍ਰੀਤ ਵੀ, ਉਹ ਵੀ ਉਹਨਾਂ ਦੇ ਡੇਰਿਆਂ ਤੇ ਜਾ ਕੇ ਵੋਟਾਂ ਮੰਗਣੀਆਂ, ਜਗੀਰ ਕੌਰ ਨਹੀਂ ਕਦੀ ਗਈ? ਇਹੋ ਹੀ ਗਏ ਨਾ। ਜੇ ਤੁਸੀਂ ਜਿਹਨੂੰ ਛੇਕਿਆ ਹੋਇਆ ਅਕਾਲ ਤਖ਼ਤ ਤੋਂ ਉਸ ਬੰਦੇ ਦੇ ਕੋਲ ਜਾ ਕੇ ਵੋਟਾਂ ਮੰਗ ਰਹੇ ਹੋ ਸਿਆਸੀ ਤੌਰ ਤੱਕ ਹੋਣ ਲਈ ਤੇ ਪੰਥ ਨੂੰ ਖਤਮ ਕਰਨ ਲਈ, ਅਕਾਲ ਤਖ਼ਤ ਸਾਹਿਬ ਦਾ ਹੁਕਮ ਹੀ ਨਹੀਂ ਮੰਨਦੇ, ਤੁਸੀਂ ਕਿੱਦਾਂ ਸਹੀ ਕਹਿ ਸਕਦੇ ਹੋ? ਫਿਰ ਇਹ ਪਾਰਟੀ ਦੇ ਖਿਲਾਫ਼ ਗਤੀਵਿਧੀ ਨਹੀਂ?
ਸਾਡੀ ਕਿਹੜੀ ਗਤੀਵਿਧੀ ਖਿਲਾਫ ਹੈ? ਇਹ ਗਤੀਵਿਧੀ ਖਿਲਾਫ ਹੈ ਅਸੀਂ ਕੱਲ ਮੋਹਨ ਸਿੰਘ ਤੁਰ ਦਾ ਜਿਹੜੇ ਕਿ ਪ੍ਰਧਾਨ ਰਹੇ ਸ਼੍ਰੋਮਣੀ ਅਕਾਲੀ ਦਲ ਦੇ, ਜਿਹੜੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਰਹੇ, ਜਿਹੜਾ ਮੈਂਬਰ ਪਾਰਲੀਮੈਂਟ ਰਹੇ ਹੈ, ਜਿਹੜਾ ਮਿਨਿਸਟਰ ਰਿਹਾ, MLA ਰਿਹਾ, ਮੈਂਬਰ SCPC ਰਿਹਾ, ਅਸੀਂ ਉਹਦੀ ਬਰਸੀ ਮਨਾਉਣ ਗਏ ਤੇ ਉਹ ਬਖਲਾਟ ਵਿੱਚ ਆ ਗਏ। ਉਹ ਪੈਨਿਕ ਹੋ ਗਏ ਕੱਲ। ਆ ਜਿਹੜਾ ਮੈਂ ਤੇ ਖੈਰ ਉਹਨੂੰ ਬਹੁਤੀ ਵੇਟੇਜ ਨਹੀਂ ਦਿੰਦੀ, ਜਿਹੜਾ ਕਹਿੰਦੇ ਦੀਪਕ ਕੀ ਉਹ ਕਲੇਰ ਜਿਹਾ ਜਿਹੜਾ ਉਹ ਬਣਿਆ ਚਸ਼ਮਦੀਦ ਗਵਾਹ, ਪ੍ਰਦੀਪ ਕਲੇਰ ਉਹ ਚਸ਼ਮਦੀਦ ਗਵਾਹ ਬਣਿਆ। ਮੰਨ ਲਓ ਮੈਂ ਉਹਨੂੰ ਸਹੀ ਨੀ ਕਹਿੰਦੀ, ਮੰਨ ਲਓ ਮੈਂ ਉਹ ਕਹਿੰਦੀ ਵੀ ਉਹ ਸਹੀ ਹੈ ਜਾਂ ਗਲਤ ਹੈ ਮੈਨੂੰ ਨੀ ਪਤਾ, ਚਲੋ ਹੋ ਸਕਦਾ ਵੀ ਝੂਠਾ ਵੀ ਹੋ ਸਕਦਾ, ਝੂਠਾ ਵੀ ਹੋ ਸਕਦਾ ਕੋਈ ਇਲਜ਼ਾਮ ਜਾਂ ਕੁਛ ਵੀ ਹੈ। ਪਰ ਗੱਲ ਇਹ ਹੈ ਕਿ ਜਿਹੜਾ 164 ਦੇ ਬਿਆਨ ਦਰਜ ਕਰਾ ਕੇ ਆਇਆ, ਉਹ ਬੰਦਾ ਕਹਿ ਰਿਹਾ, ਉਹਦੀ ਹਿੰਮਤ ਕਿੱਦਾਂ ਪੈ ਜਾਏ ਗੱਲ ਕਹਿਣ ਦੀ ਕਿ ਫਲਾਨੀ ਗੱਡੀ ਚ ਗਏ, ਉੱਥੇ ਰਿਕਾਰਡ ਹੈ, ਨਾਲ ਆ ਸੀ ਨਾਲ ਆ ਸੀ। ਇਹਦਾ ਮਤਲਬ ਕਿ ਤੁਸੀਂ ਇੱਕ ਇੰਨਾ ਬੇਅਦਬੀ ਵਿੱਚ ਫਸਿਆ ਹੋਇਆ ਬੰਦਾ ਉਹਨੂੰ ਨਾਲ ਲੈ ਕੇ ਤੁਸੀਂ ਉਹਦੇ ਕੋਲ ਜਾ ਕੇ ਕਾਰਵਾਈਆਂ ਕਰ ਰਹੇ ਹੋ ਕਿ ਇਹ ਪਾਰਟੀ ਦੇ ਖਿਲਾਫ ਨੇ? ਤੁਸੀਂ ਝੂੰਦਾ ਕਮੇਟੀ ਕੌਮ ਦੀ ਆਵਾਜ਼ ਆਈ ਸੀ, ਤੁਸੀਂ ਉਹ ਲੋਕਾਂ ਦੀ ਅਵਗਿਆ ਕਰ ਰਹੇ ਹੋ, ਲੋਕਾਂ ਨੂੰ ਮੰਨਦੇ ਨਹੀਂ ਪਏ, ਲੋਕਾਂ ਨੂੰ ਇਗਨੋਰ ਕਰ ਰਹੇ ਹੋ, ਜਿਨ੍ਹਾਂ ਦੇ ਸਿਰ ਤੇ ਅਸੀਂ ਸੇਵਾ ਕਰਨੀ ਹੈ, ਜਿਹੜਾ ਪੰਥ ਅਸੀਂ ਮਜ਼ਬੂਤ ਕਰਨਾ, ਜਿਹੜੀ ਪਾਰਟੀ ਮਜ਼ਬੂਤ, ਉਹਨਾਂ ਤੁਸੀਂ ਚੱਲਦੇ ਹੀ ਨਹੀਂ ਪਏ। ਡਿਕਟੇਟਰ ਹੋ ਕੇ ਗੁਜ਼ਾਰਾ ਨਹੀਂ ਜੀ। ਇਹ ਪਾਰਟੀ ਹੈ, ਇੱਕ ਸਿਧਾਂਤਕ ਪਾਰਟੀ ਹੈ, ਇੱਕ ਵਿਚਾਰਧਾਰਾ ਦੀ ਪਾਰਟੀ ਹੈ, ਇੱਕ ਸੋਚ ਦੀ ਪਾਰਟੀ, ਇੱਕ ਮਰਿਆਦਾ ਦੀ ਪਾਰਟੀ ਹੈ। ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਜੀ ਹੋਈ ਹੈ। ਕੌਮ ਨੇ ਇਸ ਲਈ ਨਹੀਂ ਸੱਜੀ ਕਿ ਕੰਪਨੀਏ ਤੇ ਉਹ CEO ਬਣ ਜੇ ਤੇ CEO ਉਹ ਕਹਿੰਦਾ ਬੌਸ ਇਜ਼ ਆਲਵੇਜ਼ ਰਾਈਟ, ਉਹਦਾ ਤੇ ਇਹੀ ਕਹਿਣਾ ਹਮੇਸ਼ਾ। ਸਭ ਤੋਂ ਵੱਡੀ ਗੱਲ ਜਦੋਂ, ਚਲੋ ਮੈਨੂੰ ਨਹੀਂ ਪਤਾ ਉਹਨਾਂ ਕਿਹਾ ਕੀ ਨਹੀਂ ਕਿਹਾ, ਪਰ ਮੈਨੂੰ ਦੁੱਖ ਲੱਗਾ ਉਸ ਵੇਲੇ, ਸੱਚੀ ਗੱਲ ਅੱਜ ਮੈਨੂੰ ਸ਼ਰਮ ਆ ਰਹੀ ਹੈ ਵੈਸੇ ਇਹ ਗੱਲਾਂ ਕਰਦਿਆਂ, ਵੀ ਅਸੀਂ ਉਦੋਂ ਬੈਠੇ ਰਹੇ ਵਿੱਚ, ਅੰਦਰ ਖਾਤੇ ਕਹਿੰਦੇ ਰਹੇ, ਸਾਡੀ ਨਹੀਂ ਮੰਨੀ ਗਈ। ਅੱਜ ਲੋਕੀ ਤੁਹਾਡੇ ਵਰਗੇ ਕਹਿੰਦੇ ਜੀ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ, ਜੇ ਅਸੀਂ ਅੱਜ ਬੋਲੇ ਉਹੀ ਸੁਣ ਲਓ ਸਵਾਲ। ਬੀਬੀ ਜੀ ਇਹ ਆ ਵੀ ਤੁਸੀਂ ਅੱਜ ਹੀ ਸੁਣ ਲਓ ਸਾਨੂੰ, ਫਿਰ ਉਦੋਂ ਨਹੀਂ ਬੋਲੇ ਅਸੀਂ, ਗਲਤੀ ਕੀਤੀ, ਜੇ ਗਲਤੀ ਕੀਤੀ ਤਾਂ ਹੀ ਅਸੀਂ ਉੱਥੇ ਗਏ। ਜਾਣਾ ਆ ਮੀਟਿੰਗਾਂ ਹੋਣੀਆਂ ਤੁਹਾਨੂੰ ਕਿਸੇ ਨੇ ਕੋਈ ਸਾਨੂੰ ਕੋਈ ਪਤਾ ਨਹੀਂ, ਮੈਨੂੰ ਤੇਰੀ ਕਮ ਸੇ ਕਮ ਪਤਾ ਜਿਹੜੇ ਉਦੋਂ ਗਏ ਸੀ ਵੋਟਾਂ ਮੰਗਣ ਵਾਸਤੇ, ਜਿਹੜੀਆਂ ਚਰਨਜੀਤ ਅਟਵਾਲ ਜਿਹੜੇ ਕਹਿੰਦੇ ਸੀਗਾ ਆਪਣਾ ਬਰਾੜ, ਕਿ ਮੇਰੀ ਮੈਨੂੰ ਹੁਕਮ ਲਾਇਆ ਇਹਨਾਂ ਨੇ ਕਿ ਜਾ ਕੇ ਮੀਟਿੰਗਾਂ ਕਰਾ ਜ਼ਿਲ੍ਹਿਆਂ ਚ, ਕਹਿੰਦਾ ਮੈਂ ਮੀਟਿੰਗਾਂ ਕਰਾਈਆਂ ਤੇ ਮੈਂ ਇਹਨੂੰ ਕਿਹਾ ਵੀ ਕਿ ਮੈਂ ਨਹੀਂ ਕਰਨੀਆਂ ਮੀਟਿੰਗਾਂ, ਤੁਸੀਂ ਲੋਕ ਦੁਖੀ ਹੋ ਜਾਣੇ ਸਾਡੇ ਤੋਂ, ਗੁੱਸੇ ਹੋ ਜਾਣੇ ਹੈ, ਵੋਟਾਂ ਖਾਤਰ ਨਾ ਕਰੋ, ਇਹ ਪਾਰਟੀ ਦਾ ਤੇ ਨਾ ਲਾਓ। ਉਹ ਕਹਿੰਦੇ ਮੈਂ ਕਿਹਾ ਤੇ ਕਹਿੰਦੇ ਉਸ ਵੇਲੇ ਜੋ ਮੀਟਿੰਗਾਂ ਕਰਾਈਆਂ, ਔਰ ਸਾਰੇ ਦੋਸ਼ੀ ਜਿਹੜੇ ਸੀ ਨਾ ਜੀ ਉਸ ਵੇਲੇ ਉਹ ਸਜ਼ਾ ਭੁਗਤ ਕੇ ਆਏ, ਪਤਾ ਤੁਹਾਨੂੰ, ਪਰਮਿੰਦਰ ਸਿੰਘ ਬਰਾੜ ਵਰਗੇ, ਪਰਮਿੰਦਰ ਸਿੰਘ ਢੀਂਡਸੇ ਵਰਗੇ, ਰੱਖੜਾ ਸਾਹਿਬ ਔਰ ਸਾਰੇ ਜਾ ਕੇ ਸੇਵਾ ਲਵਾ ਕੇ ਆਏ, ਲੌਂਗੋਵਾਲ ਵਰਗੇ, ਜਿਨ੍ਹਾਂ ਨੇ ਉਸ ਵੇਲੇ ਮੀਟਿੰਗਾਂ ਵੀ ਅਟੈਂਡ ਕੀਤੀਆਂ ਸੀਗੀਆਂ, ਉਹ ਸੇਵਾ ਲਵਾ ਕੇ ਆਏ ਆ, ਤੇ ਜਿਹੜਾ ਸਿੱਧਾ ਮੀਟਿੰਗਾਂ ਕਰਾ ਰਿਹਾ ਤੇ ਵੋਟਾਂ ਲਈ ਉੱਥੇ ਸੌਦੇਬਾਜ਼ੀ ਹੋ ਰਹੀ ਹੈ, ਸਭ ਕੁਝ ਹੋ ਰਹੀ, ਉਹ ਕਿੱਦਾਂ ਪ੍ਰਧਾਨ ਲੋਕੀ ਮੰਨ ਲੈਣਗੇ? ਪਰ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਦਾ ਇੱਕ ਬਿਆਨ ਆਉਂਦਾ ਹੈ ਕਿ ਉਹ ਸਿਸਟਮ ਦਾ ਬਾਬਾ ਉਹ ਹੈ ਤੇ ਇੱਥੋਂ ਦਾ ਬਾਬਾ ਮੈਂ, ਸੁਖਬੀਰ ਬਾਦਲ ਦਾ ਇਹ ਕਹਿਣਾ, ਚੀਜ਼ ਜੇ ਸੱਚੀ ਹੋਵੇ ਮੈਂ ਮੋਹਰ ਨਹੀਂ ਲਾਉਂਦੀ ਸੰਭਾਵਨਾ ਵਾ। ਚਲੋ ਜੇ ਮੰਨ ਲਓ ਇਹ ਗੱਲ ਇਹਨਾਂ ਨੇ ਕਹੀ ਹੋਵੇ ਕਿ ਇੱਥੇ ਦਾ ਬਾਬਾ ਤੁਹਾਡਾ ਜਿਹਦਾ ਉਹ ਬਾਬਾ, ਮੈਂ ਉੱਥੇ ਦਾ ਦਰਬਾਰ ਸਾਹਿਬ ਦਾ ਮੈਂ ਬਾਬਾ, ਸਾਡਾ ਤੇ ਉੱਥੇ ਸ਼ਬਦ ਗੁਰੂ ਬਾਬਾ ਬੈਠਾ ਹੋਇਆ, ਸਾਡਾ ਤੇ ਗੁਰੂ ਰਾਮਦਾਸ ਬਾਬਾ ਬੈਠਾ ਹੋਇਆ, ਕੌਮ ਇਹ ਬਰਦਾਸ਼ਤ ਕਰ ਲੇਗੀ? ਅੱਜ ਸ਼ਰਮ ਆ ਰਹੀ ਹੈ ਗੱਲਾਂ ਕਰਦਿਆਂ ਸਾਨੂੰ, ਅਸੀਂ ਕਿਸ ਪ੍ਰਧਾਨ ਥੱਲੇ ਅਸੀਂ ਕੰਮ ਕਰਨ ਦੇ? ਬੀਬੀ ਜੀ ਸਪਸ਼ਟੀਕਰਨ ਨੂੰ ਮਾਫੀਨਾਮਾ ਬਣਾ ਦੇਣਾ, ਇਹਦਾ ਇਲਮ ਤੁਹਾਨੂੰ ਕਿਸੇ ਨੂੰ ਨਹੀਂ ਸੀਗਾ, ਖਿਮਾ ਯਾਚਨਾ ਦਾ ਸ਼ਬਦ ਇੱਕ ਉਹਦੇ ਵਿੱਚ ਸਪਸ਼ਟੀਕਰਨ ਦਿੱਤਾ ਜੀ, ਬਿਲਕੁਲ ਨਾ ਕਿਸੇ ਨੇ ਚਿੱਠੀ ਦੱਸੀ। ਹੁਣ ਜਿਹੜਾ ਦੋਸ਼ੀ ਵਿੱਚ ਪਾਇਆ ਜਾ ਰਿਹਾ, ਦੱਸਦੇ ਰਹੇ ਆ ਕਿ ਡਾਕਟਰ ਚੀਮਾ ਸੀਗਾ ਨਾਲ ਲਿਖਣ ਵਾਲਾ, ਉਹ ਤੇ ਹੁਣ ਸਿੰਘ ਸਾਹਿਬ ਵੀ ਪੁੱਛ ਸਕਦੇ ਨਾ, ਮੈਂ ਤੇ ਨਹੀਂ ਪੁੱਛ ਸਕਦੀ, ਜਿਨ੍ਹਾਂ ਨੇ ਕਦੀ ਚੀਮਾ ਸਾਹਿਬ ਸਾਡੇ ਨਾਲ ਇੰਨਾ ਰਹਿੰਦੇ ਰਹੇ, ਘੰਟਾ ਘੰਟਾ ਗੱਲਾਂ ਕਰਦੇ ਰਹੇ, ਸਾਨੂੰ ਕਦੀ ਨਹੀਂ ਕਿਹਾ ਉਹਨਾਂ ਨੇ ਕਿ ਮੈਂ ਚਿੱਠੀ ਲਿਖੀ ਸੀ ਜਾਂ ਮੈਂ ਨਾਲ ਸੀਗਾ, ਸਾਨੂੰ ਕਿਸੇ ਨੇ ਦੱਸਿਆ ਥੋੜੋ ਕੋਈ?
ਹੁਣ ਅਸੀਂ ਤੇ ਸਾਨੂੰ ਆਪ ਸ਼ਰਮ ਆ ਰਹੀ ਹੈ ਕਿ ਅੱਜ ਜਦੋਂ ਅਸੀਂ ਬੋਲਦੇ ਹਾਂ ਤੁਹਾਡੇ ਵਰਗੇ ਕਹੀ ਜਾਂਦੇ, ਤੁਸੀਂ ਅੱਜ ਬੋਲਦੇ, ਪਹਿਲਾਂ ਕਿਉਂ ਨਹੀਂ ਬੋਲੇ? ਸਾਡੇ ਅੰਦਰ ਕੋਈ ਗੱਲ ਹੁੰਦੀ ਤਾਂ ਅਸੀਂ ਬੋਲਦੇ, ਜੇ ਅਸੀਂ ਬੋਲੇ ਤਾਂ ਸਾਨੂੰ ਪਾਰਟੀ ਚੋਂ ਬਾਹਰ ਕੱਢੀ ਜਾਂਦੇ। ਇਹਨੂੰ ਸਾਰਾ ਕੁਝ ਵਿਰੋਧੀ ਤਾਕਤਾਂ ਭਾਜਪਾ ਦਾ ਹੀ ਇੱਕ ਕਾਰਨਾਮਾ ਦੱਸਿਆ ਜਾ ਰਿਹਾ, ਤੁਹਾਨੂੰ ਵੀ ਇਹ ਕਿਹਾ ਜਾ ਰਿਹਾ ਕਿ ਤੁਸੀਂ ਵੀ ਭਾਜਪਾ ਦੀ ਸ਼ਹਿਦ ਸਾਰਾ ਕੁਝ? ਭਾਜਪਾ ਨੇ ਕਿਹਾ ਸੀਗਾ ਕਿ ਤੂੰ ਰਾਮ ਰਹੀਮ ਕੋ ਜਾ, ਠੀਕ ਹੈ, ਇਹਦਾ ਮਤਲਬ ਭਾਜਪਾ ਦੇ ਆਖੇ ਲੱਗੇ ਹੋਣਗੇ। ਭਾਜਪਾ ਨੇ ਇਹਨੂੰ ਕਿਹਾ ਸੀ ਵੀ ਉਹਨੂੰ ਮਾਫ਼ ਕਰ ਦੋ, ਭਾਜਪਾ ਕੋ ਇਹ ਜਾਂਦੇ ਅਲਾਇੰਸ ਇਹ ਕਰਦੇ ਸੀ, ਮੈਤਰੀ ਕਰਦੀ, ਠੀਕ ਹੈ, ਵੋਟਾਂ ਅਸੀਂ ਨਾ ਕਹਿੰਦੇ ਕਹਿਣ ਤੇ ਮੰਗਦੇ ਸੀ, ਇਹ ਥੋੜਾ ਮੰਗ ਕਹਿੰਦੇ ਸੀ ਸਰ, ਇਹਨਾਂ ਦੀ ਕਹਿਣ ਤੇ ਕਰਦੇ, ਮੈਤਰੀ ਸੀ ਕਹਿੰਦੀ, ਜੇ ਮਿਨਿਸਟਰ ਇਹ ਬਣੇ ਹੈ ਉਹ ਭਾਜਪਾ ਨੇ ਬਣਾਏ ਹੈ, ਮੈਤਰੀ ਸੀ ਕਿਹਾ ਵੀ ਇਹਨੂੰ ਮਿਨਿਸਟਰ ਬਣਾਓ, ਇਹਨਾਂ ਨੂੰ ਬਣਾਏ, ਇਹਦਾ ਮਤਲਬ ਕਿ ਜੋ ਵੀ ਕਾਰਵਾਈ ਸੀ ਇਹ ਭਾਜਪਾ ਦੇ ਕਹਿਣ ਤੇ ਕਰਦੇ ਸੀਗੇ। ਜੋ ਕੁਝ ਅੱਜ ਤੱਕ ਬਰਬਾਦੀ ਹੋਈ ਹੈ ਪਾਰਟੀ ਦੀ ਬਰਬਾਦੀ, ਉਲਟਾ ਚੋਰ ਕੋਤਵਾਲ ਕੋ ਡਾਂਟੇ ਗਏ, ਕਮਾਲ ਹੈ, ਗਤੀਵਿਧੀਆਂ ਇਹ ਖਿਲਾਫ ਕਰਨ, ਗਲਤੀਆਂ ਇਹ ਕਰਨ, ਨੁਕਸਾਨ ਇਹਨਾਂ ਨੇ ਪਾਰਟੀ ਕਰ ਦਿੱਤਾ, ਅੱਜ ਬੇਰੋ ਖੇਰੂ ਸਾਰਾ ਪੰਥ ਹੋ ਗਿਆ, ਅੱਜ ਪਾਰਟੀ ਦੇ ਤਬਾਹੀ ਤੇ ਆ ਗਈ ਹੈ। ਹੁਣ ਜੇ ਅਸੀਂ ਚਿੰਤਾ ਕਰਨ ਲੱਗੇ ਤਾਂ ਤੁਹਾਡੇ ਵਰਗੇ ਪ੍ਰੈਸ ਵਾਲੇ ਨਹੀਂ ਮਾਣ, ਉਹੀ ਕਹੀ ਜਾਂਦੇ ਤੁਹਾਨੂੰ ਅਚਤ ਆਇਆ, ਸ਼ੁਕਰ ਕਰੋ ਆ ਗਿਆ, ਠੀਕ ਹੈ, ਡੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ, ਚਲੋ ਅਜੇ ਵਿਗੜ ਤੇ ਸਭ ਕੁਝ ਗਿਆ ਪਰ ਹੌਲੀ ਹੌਲੀ ਇਕੱਠੇ ਕਰਾਂਗੇ। ਅੱਛਾ ਇੱਕ ਸਵਾਲ ਹੈ ਬੀਬੀ ਜੀ, ਤੁਸੀਂ ਕਹਿੰਦੇ ਹੋ ਅਸੀਂ ਸਾਨੂੰ ਪਾਰਟੀ ਚੋਂ ਕੱਢਿਆ ਨਹੀਂ ਗਿਆ, ਅਸੀਂ ਸਾਨੂੰ ਕੱਢ ਨਹੀਂ ਸਕਦੇ, ਫਿਰ ਮੀਟਿੰਗ ਤੁਸੀਂ ਪਾਰਟੀ ਦਫ਼ਤਰ ਤੋਂ ਬਾਹਰ ਕਿਉਂ ਕਰ ਰਹੇ ਹੋ, ਪਾਰਟੀ ਦਫ਼ਤਰ ਤੇ ਕਿਉਂ ਨਹੀਂ ਕਰਦੇ? ਘਬਰਾ ਜਾਂਦੇ ਆ, ਜੇ ਅਸੀਂ ਉਦਣ ਜਾਈਏ ਤੇ ਉਦਣ ਅਸੀਂ ਮੀਟਿੰਗ ਰੱਖੀ ਵੀ ਨਹੀਂ ਸੀ, ਤੇ ਉਹ ਕਿੱਦਾਂ ਡਰ ਪੈ ਗਿਆ ਤੁਹਾਨੂੰ ਸਾਰਿਆਂ ਨੂੰ, ਫਟਾਫਟ ਇੱਥੇ ਆ ਰਹੇ ਆ ਜੀ ਕਬਜ਼ਾ ਕਰਨ ਆ ਰਹੇ, ਸਾਡੇ ਕੋਲ ਥਾਵਾਂ ਬਥੇਰੀਆਂ ਨਹੀਂ, ਸਾਡੀਆਂ ਆਪਣੀਆਂ ਥਾਵਾਂ ਨੇ, ਜਿੱਥੇ ਮਰਜ਼ੀ ਮੀਟਿੰਗ ਕਰੀਏ ਅਸੀਂ, ਆ ਸਾਡਾ ਘਰ ਹੈ, ਸਾਡੀ ਥਾਂ ਹੈ, ਅਸੀਂ ਜਿੱਥੇ ਮਰਜ਼ੀ ਜਾ ਕੇ ਮੀਟਿੰਗ ਕਰ ਸਕਦੇ। ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਹੈ ਜੀ, ਸਾਡੇ ਪ੍ਰੋਗਰਾਮ ਉਲੀਕੇ ਹੋਏ ਆ, ਅਸੀਂ ਸਾਰੇ ਪ੍ਰੋਗਰਾਮ ਕਰਾਵਾਂਗੇ ਔਰ ਗਾਂ ਅੱਗੇ ਤੋਂ ਅੱਗੇ ਦੱਸ ਦਿੱਤਾ ਢੀਂਡਸਾ ਸਾਹਿਬ ਨੇ ਕਿ ਛੇਤੀ ਅਸੀਂ ਡੈਲੀਗੇਟ ਇਜਲਾਸ ਕਰਾਂਗੇ ਤੇ ਉਹਦੇ ਚ ਵਿਚਾਰ ਕਰਾਂਗੇ। ਠੀਕ, ਸੋ ਜਲਦ ਸੈਸ਼ਨ ਬੁਲਾਇਆ ਜਾਵੇਗਾ, ਇਜਲਾਸ ਸੱਦਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਇੱਕ ਨਵੀਂ ਕਮੇਟੀ ਤਿਆਰ ਕੀਤੀ ਜਾਵੇਗੀ। ਪਰ ਹੁਣ ਦੇਖਣਾ ਇਹ ਆ ਅਕਾਲੀ ਦਲ ਵਿੱਚ ਬਨਾਮ ਜਿਹੜਾ ਪ੍ਰਧਾਨ ਬਨਾਮ ਸਰਪ੍ਰਸਤ ਹੋ ਰਿਹਾ, ਉਹਦੇ ਵਿੱਚੋਂ ਨਤੀਜਾ ਕਿਸ ਰੂਪ ਚ ਨਿਕਲਦਾ ਹੋਇਆ ਨਜ਼ਰ ਆਵੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।